आम आदमी पार्टी ने मेरा की किया उन्होंने? पहला तो दसो भी किसानों हल्के तक का कोई किसान लभ्या नहीं, देखो जी सब ड्रामे ने। ਸਸਿਕਾ ਦੋਸਤੋ, ਮੈਂ ਵਿੱਕੀ ਜਸਵੰਤ ਨਗਰਾ ਨਿਊਜ਼ ਕੈਨੇਡਾ ਤੋਂ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 2022 ਦੀਆਂ ਇਲੈਕਸ਼ਨ ਲੈ ਕੇ ਜੋ ਸਿਆਸੀ ਘਮਸਾਣ ਪਿਆ ਹੈ ਉਹਦੇ ਸੰਬੰਧ ਵਿੱਚ ਅੱਜ ਮੁੱਲਾਪੁਰ ਸ਼ਖਸੀਅਤ ਦੀ ਐਸੀ ਸ਼ਖਸੀਅਤ ਟੀਟੂ ਬਾਣੀ ਖੜੇ ਹੁੰਦੇ ਨੇ। ਸਸਿਕਾ ਤੁਹਾਡਾ ਬਹੁਤ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਟੀਟੂ ਬਾਣੀ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ, ਕੀ ਲੱਗਦਾ ਇਸ ਵਾਰ ਮੁੱਲਾਪੁਰ 10 ਸੀਟ ਕੌਣ ਲਿਜਾ ਸਕਦਾ ਜੀ? ਯਾਰ 101% ਰਹੀ ਆ ਜੀ ਸਾਹਿਬ। ਸਾਨੂੰ ਤਾਂ ਮਜ਼ਾ ਹੀ ਨਹੀਂ ਆ ਰਿਹਾ ਚੋਣਾਂ ਲੜਨ ਦਾ, ਕਿਉਂਕਿ ਬਾਕੀ ਸਾਰੇ ਠੰਡੇ ਜਿਹੇ ਬੈਠੇ, ਉਹਨਾਂ ਨੂੰ ਪਤਾ ਵੀ ਸਾਡੀ ਹਾਰ ਵੱਟਦੇ ਪਈ ਆ। ਪਰ ਚੋਣਾਂ ਲੜਨਾ ਇੱਕ ਮਜ਼ਬੂਰੀ ਜੀ ਹੈ ਸਾਡੀ, ਕਿਹਾ ਚਾਹੇ ਅੱਜ ਕਰਾ ਲਓ ਚੋਣਾਂ। ਸੰਧੂ ਸਾਹਿਬ ਵੀ ਦਾਅਵਾ ਕਰ ਰਹੇ ਨੇ ਉਹ ਪਿਛਲੀ ਵਾਰ ਵੀ 14,000 ਸਮਥਿੰਗ ਵੋਟਾਂ ਤੋਂ ਹਾਰੇ ਸੀ, ਵੀ ਲੱਗਦਾ ਵੀ ਇਸ ਵਾਰ ਉਹ ਜਿੱਤ ਪਾਉਣਗੇ ਜੀ? ਦੇਖੋ ਜੀ, ਦਾਅਵੇ ਦਾ ਕੀ ਆ, ਦਾਅਵੇ ਤਾਂ ਝੂਠ ਬੋਲਿਆ ਕਰੀ ਜਾਂਦਾ ਕਿ ਮੈਂ ਜਿੱਤਿਆ ਹੋਇਆ ਵਾਂ। ਇਹਨਾਂ ਦੀ ਜਮਾਨਤਾਂ ਜਦ ਹੋਣੀਆਂ ਨੇ, ਕਿਉਂਕਿ ਕਾਂਗਰਸ ਸਰਕਾਰ ਨੇ ਕੱਖ ਨਹੀਂ ਕੀਤਾ 5 ਸਾਲਾਂ ਦੇ ਵਿੱਚ। ਹਲਕਾ ਤੱਕ ਪੂਰਾ ਜਾਣਦਾ, ਪੂਰਾ ਪੰਜਾਬ ਜਾਣਦਾ, ਇਹਨਾਂ ਨੇ ਕੱਖ ਨਹੀਂ ਕੀਤਾ, ਡਰਾਮੇ ਕੀਤੇ ਇਹਨਾਂ ਨੇ। ਅਤੇ ਆਹ ਤਾਂ ਬਸ ਹੁਣ ਖਾਨਾ ਪੂਰਤੀ ਕਰ ਰਹੇ ਆ, ਕੋਈ ਚੋਣਾਂ ਲਾਣੀਆਂ ਪਈਆਂ ਨੇ। ਅੱਜ ਮੈਂ ਵੀਡੀਓ ਪਾ ਕੇ ਹਟਿਆ ਵਾਂ, ਮੈਂ ਕਿਹਾ ਵੀਰਾ ਨਹੀਂ ਥੋੜ੍ਹੀ ਮੋਟੀ ਤਕੜੇ ਹੋ ਗਏ, ਮੈਂ ਕਿਹਾ ਚੋਣ ਪ੍ਰਚਾਰ ਕਰੋ, ਸਾਨੂੰ ਤਾਂ ਮਜ਼ੇ, ਸਾਨੂੰ ਤਾਂ ਵੀਰੇ ਐਂ ਲਾਉਣਾ ਵਾ ਜਿਵੇਂ ਅਖਾੜੇ 'ਚ ਅਸੀਂ ਇਕੱਲੇ ਬੜੇ ਹੁੰਦੇ ਹਾਂ। ਮਜ਼ਾ ਵੀ ਫਿਰ ਹੀ ਆਉਂਦਾ ਵਾ ਜਦੋਂ ਸਾਹਮਣੇ ਵਾਲੇ ਗੱਲ ਹੋਣ, ਲੇਕਿਨ ਮਾਹੌਲ ਠੰਡਾ ਹੀ ਹੈ। ਨਹੀਂ, ਤੁਸੀਂ ਸਰ ਦੇਖੋ ਆਮ ਆਦਮੀ ਪਾਰਟੀ ਨਾਲ ਵੀ ਜੁੜੇ ਹੋਏ ਸੀਗੇ, ਤੁਸੀਂ ਉਹਨਾਂ ਤੁਹਾਨੂੰ ਕਾਫੀ ਸਪੋਰਟ, ਤੁਸੀਂ ਵੀ ਉਹਨਾਂ ਸਪੋਰਟ ਕੀਤੀ, ਤੁਹਾਡੇ 'ਤੇ ਇੱਕ ਇਮਾਨਦਾਰ ਦਾ ਜੋ ਤੁਹਾਨੂੰ ਮੈਡਲ ਮਿਲਿਆ ਆਮ ਆਦਮੀ ਪਾਰਟੀ ਤੋਂ, ਅਤੇ ਤੁਸੀਂ ਆਮ ਆਦਮੀ ਪਾਰਟੀ ਛੱਡ ਕੇ ਅਯਾਲੀ ਸਾਹਿਬ ਨਾਲ ਅੱਜ ਤੁਸੀਂ ਮੈਦਾਨ 'ਚ ਉਤਰੇ ਹੋ, ਪਰ ਉਹ ਲੋਕਾਂ ਦਾ ਤੁਹਾਡੇ ਤੋਂ ਵਿਸ਼ਵਾਸ ਉੱਠ ਗਿਆ ਇੱਕ ਵਾਰ, ਇਹ ਤੁਸੀਂ ਕਿਵੇਂ ਦੇਖਦੇ ਹੋ? ਨਹੀਂ, ਆਮ ਆਦਮੀ ਪਾਰਟੀ ਨੇ ਮੇਰਾ ਕੀ ਕੀਤਾ ਉਹਨਾਂ ਨੇ? ਮੇਰਾ ਕੁਛ ਨਹੀਂ ਕੀਤਾ, ਮੈਂ ਆਮ ਆਦਮੀ ਪਾਰਟੀ ਦਾ ਕੀਤਾ ਮਗਰਾ ਆਪਦੇ ਕਾਗਜ਼ ਚੱਕੇ ਟਿੱਡੂ ਬਾਣੀਆਂ ਨੇ। ਸਰਦਾਰ ਹਰਜਿੰਦਰ ਸਿੰਘ ਫੂਕਾ ਸਾਥ ਦਿੱਤਾ, 20 ਦਿਨ ਦੁਕਾਨ ਬੰਦ ਰੱਖੀ ਮੈਂ ਆਪਦੀ, ਕਿਹਾ 2 ਮਹੀਨੇ ਪ੍ਰਚਾਰ ਕੀਤਾ ਇਹਨਾਂ ਨਗਰ, ਉਹਨਾਂ ਨੇ ਮੇਰਾ ਨਹੀਂ ਕੱਖ ਕੀਤਾ। ਬਾਅਦ 'ਚ ਸਾਡੇ ਨਾਲ ਤਾਂ ਬਈ ਲੋਕਾਂ ਨੇ ਬਦਤਮੀਜ਼ੀ ਕੀਤੀ ਆ, ਇਸ ਕਰਕੇ ਪਾਰਟੀ ਛੱਡਣੀ ਪਈ ਤੁਹਾਨੂੰ? ਫਿਰ ਨਹੀਂ ਛੱਡਣੀ ਕਿਉਂ, ਜਦੋਂ ਮੌਜੂਦਾ MLA ਨਹੀਂ ਆਇਆ, ਜਿਹਨੂੰ ਜਿਤਾਇਆ ਉਹ ਆਇਆ ਹੀ ਨਹੀਂ, ਫਿਰ ਅਸੀਂ ਕਿਹਨੂੰ ਮੂੰਹ ਦਿਖਾਉਂਦੇ? ਫਿਰ ਕਿਹਦੇ ਝੰਡੇ ਚੁੱਕਦੇ? ਆਹ ਤਾਂ ਯਾਨੀ ਕਹਿਣ ਦਾ ਭਾਵ ਜਦੋਂ ਵੀਰੇ ਮੈਂ 4 ਸਾਲ ਵੇਟ ਕੀਤੀ ਆ, ਮੈਂ ਕਿਹਾ ਆਮ ਆਦਮੀ ਪਾਰਟੀ ਦਾ ਕੋਈ ਹੋਰ ਬੰਦਾ ਆਊ ਇੱਥੇ, ਸਾਡੀ ਸਾਰ ਲਊਗਾ, ਸਾਡੇ ਦੁੱਖ ਪੁੱਛੂਗਾ, ਲੋਕਾਂ ਨੇ ਤਾਂ ਸਾਨੂੰ ਜਿਉਣਾ ਮੁਸ਼ਕਿਲ ਕਰਤਾ ਹੋਊਗਾ, ਤੇਰਾ ਫੂਕਾ ਕਿੱਥੇ ਆ? ਅਸੀਂ ਫੂਕੇ ਦੇ ਕੇ ਤਾਂ ਵੋਟਾਂ ਪਾ ਦੀਆਂ ਤੈਨੂੰ, ਵੋਟਾਂ ਪਾ ਦੀਆਂ। ਦੋਸਤਾ, ਜਿਹੜਾ ਇਮਾਨਦਾਰੀ ਦਾ ਮੀਟਰ ਲੱਗਿਆ ਹੈ ਨਾ, ਇਮਾਨਦਾਰੀ ਦਾ ਪਤਾ ਪਤਾ ਲੱਗਿਆ ਹੀ ਰਹਿੰਦਾ ਵਾ, ਅਤੇ ਜਿਹਦੇ ਵਾਸਤੇ ਹੁਣ ਬੇਈਮਾਨੀ ਆ, ਉਹ ਮੈਨੂੰ ਕਾਂਗਰਸ ਪਾਰਟੀ ਵਾਲੇ ਕਹਿੰਦੇ ਸੀ, ਸਾਡੀ ਪਾਰਟੀ ਵਿੱਚ ਆਇਆ ਝਾੜੂ ਵਾਲਾ, ਕਹਿੰਦੇ ਮੇਰੇ ਚੋਣ ਦੁਆਰਾ ਫਿਰ ਆਇਆ, ਦੂਜੀਆਂ ਪਾਰਟੀਆਂ ਦਾ ਕਹਿੰਦੇ ਮੇਰੇ 'ਚ ਆਇਆ, ਮੈਂ ਕਰ ਲਿਆ ਯਾਰੀ ਸਾਹਿਬ ਜੁਆਇਨ, ਉਹਨਾਂ ਦੇ ਭਾਵ ਦਾ ਮੈਂ ਡਾਕੂਗਾ। ਬਾਕੀ ਸਾਡੇ ਮੁਖੂ ਸਾਹਿਬ, ਉਹਨਾਂ ਨੂੰ ਪੁੱਛ ਲਓ ਕਰਾਂ ਵੀ ਤੁਸੀਂ ਕਿਸਾਨ ਕਿੱਥੋਂ? ਪਹਿਲਾਂ ਤਾਂ ਦੱਸੋ ਵੀ ਕਿਸਾਨਾਂ ਨੂੰ ਹਲਕੇ ਤੱਕ ਦਾ ਕੋਈ ਕਿਸਾਨ ਲੱਭਿਆ ਨਹੀਂ? ਉਹ ਤਾਂ ਇੱਕ ਪ੍ਰਚਾਰਕ ਸੀ ਨਾ। ਹੈ ਨਹੀਂ, ਵੈਸੇ ਆਪਾਂ ਗੱਲ ਕਰਦੇ ਹਾਂ ਵੀ ਹਲਕੇ ਤੱਕ ਦਾ ਕੋਈ ਕਿਸਾਨ ਨਹੀਂ ਲੱਭਿਆ ਕਿਸਾਨਾਂ ਦੀ ਪਾਰਟੀ, ਇੰਨੀ ਦੂਰੋਂ ਆ ਕੇ ਉਹ ਪ੍ਰਚਾਰਕ, ਹੋਰ ਪਾਸੇ ਕੋਈ ਸੀਟ ਹੀ ਨਹੀਂ ਮਿਲੀ ਉਹਨੂੰ। ਦੇਖੋ ਜੀ ਸਭ ਡਰਾਮੇ ਨੇ।